ਦੇ ਮਲੰਗੋ ਹਮੇਸ਼ਾ ਯਾਦ ਰੱਖ ਰੱਬ ਵੱਲ ਤੱਕਣਾ ਤੇ ਰੱਬ ਵੱਲ ਤੱਕਣਾ ਤੇ ਹਲੇ ਵੱਲ ਤੱਕਣਾ ਓ ਰੱਬ ਵੱਲ ਤੱਕਣਾ ਤੇ ਹਲੇ ਵੱਲ ਤੱਕਣਾ ਰੱਬ ਵੱਲ
ਸ਼ਰੀਫ ਸਵਾਸਤਨ ਨਾਸਿਲ ਹੈ ਜੀ ਵਿਸ਼ਵੀ ਸ਼ਦੂਰ ਨਾਸਿਲ ਮੈਂ ਨਕੀਮਨ ਨਾਸਿਲ ਬਿਸਮਿਲ੍ਲਾ ਰਹਿਮਾਨ ਰਹੀਮ ਅਲਮ ਸਲੀਲਾ ਵਾਲਾ ਰੇ ਮੁਹੰਮਦੀਆਂ ਵਾਲੇ ਮੁਹੰਮਦੀ ਮਸਲਦਾ ਵਾਲਾ ਰੇ ਬ੍ਰਹਮਾਨ ਵਾਲੇ ਮਾਲਿਕ ਹੈ ਜਾਗਨਾ ਸਨੈਨ ਉਲਾ ਮਿਨ ਸ਼ੈਦ ਰਾਜ਼ੀ ਬਿਸਮਿਲ੍ਲਾ ਰਹਿਮਾਨ ਰਹੀਮ ਇੱਕ ਲੱਖ 24,000 ਨਬੀਓ ਕੇ ਨਾਮ ਕਰੇ ਸੱਲਮ ਵਾਰੇ ਲਿਓ ਸੱਲਮ ਕੀ ਬਾਰਗਾਹ ਮੇਂ ਅੱਲਾਹ ਤੁਰੇ ਮੋਮਨ ਇਮਾਮੋ ਕੀ ਖਵਾਜ਼ਾ ਮੇਰੀ ਕੋ ਸਲਾਮ ਸਾਹਬੀ ਪੀਰ ਕੋ ਸਲਾਮ ਇੱਕ ਲੱਖ 24,000 ਨਬੀਓ ਕੇ ਨਾਮ ਕੋ ਲੱਖੋ ਲੱਖੋ ਦਰੂਦ ਸਲਾਮ ਹਜ਼ਰਤ ਬਾਬਾ ਆਦਮ ਅਮਾ ਹਵਾ ਸੇ ਲੈ ਕੇ ਅੱਲਾਹ ਆਪਣੇ ਨਵੀਆਂ ਵਰਪੀਰਾਂ ਦੇ ਵੀ ਜਲਾਨੀ ਕੀ ਬਾਰਗਾਹ ਮੇਂ ਦਰੂਦ ਸਲਾਮ ਬਿਸਮਿਲ੍ਲਾ ਰਹਿਮਾਨ ਰਹੀਮ ਅਲਮ ਸਲੀਲਾ ਵਾਲਾ ਲਿ ਮੋਮਨੀਆਂ ਲਿ ਮੋਮ ਤਿਨ ਕਮਾ ਸਲੈਦਾ ਵਾਲਾ ਲਿ ਬ੍ਰਹਮ ਹਾਲ ਆ ਲਿ ਮਜੀਦ ਬਿਸਮਿਲ੍ਲਾ ਰਹਿਮਾਨ ਰਹੀਮ ਜਾਂ ਹਜ਼ਰਤ ਮੌਲਾ ਅਲੀ ਸਰਕਾਰ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਮੀਰਾ ਗੌਸ ਪਾਕ ਸਰਕਾਰ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਪੀਆ ਹਾਜੀ ਅਲੀ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਖਵਾਜਾ ਗਰੀਬ ਨਵਾਜ਼ ਸਰਕਾਰ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਖਵਾਜਾ ਕੁਤਬੋਦੀਨ ਬਖਤਿਆਰ ਕਾਕੀ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਫਰੀਦੋਦੀਨ ਸ਼ਕਰਗੰਜ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਨਿਜ਼ਾਮੁਦੀਨ ਔਲੀਆ ਕੀ ਹੈ ਮੌਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਮਕਦੂਮ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬੋਲੀ ਸ਼ਾਹ ਕਲੰਦਰ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਸ਼ਮਸ਼ੁਦੀਨ ਪਾਣੀਪਤੀ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਮੀਰ ਖੁਸਰੋ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਅਲਮਸ ਦਾਦਾ ਲਾਲਵਾ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਸਾਈਂ ਲਵਲੀ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਗਿਆਰਵੇਂ ਪੀਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਮੀਆਂ ਨਾਸਰ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਪੀਰ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਸ਼ਹਿਜੂਰ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਮੇਰੇ ਪੀਰੋ ਮੁਰਸ਼ਦ ਸਾਈਂ ਤਾਜ ਮੁਹੰਮਦ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਚਿੰਤਾ ਭਗਤ ਅਮੀਚੰਦ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਸੈਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਸਾਬਰਦਾਤਾ ਅਲੀ ਅਹਿਮਦ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਸ਼ਾਹ ਕੁਮਾਰ ਸਿੰਘ ਜੁਮਨਾ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਦਾਨਿਆਂ ਵਾਲੇ ਬਲੀ ਮਤ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬਾਬਾ ਸੂਰਾਪੁਰਾ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਸ਼ੇਰੇ ਸ਼ਾਹ ਬਾਬਾ ਮੁਰਾਦ ਸ਼ਾਹ ਸਾਈਂ ਲਾਡੀ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬਾਬਾ ਗੁਲਾਬ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬਾਬਾ ਚੁੱਪ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬਾਬਾ ਜੱਪੇ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਜਾਂ ਹਜ਼ਰਤ ਬਾਬਾ ਜੱਪ ਮਲਕ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਮਲ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਹਜ਼ਰਤ ਬਾਬਾ ਪੀਰ ਸ਼ਾਹ ਸਰਕਾਰ ਕੀ ਅਮਲਾ ਬਾਰਕ ਸਲਾਮ ਵਾਲਕੁਮ ਸੈਯਦ ਨੂੰ ਸਲਾਮ ਵਾਲਕੁਮ ਕਲੀਅਰ ਵਾਲੇ ਪੀਰਾਂ ਕੋ ਸਲਾਮ ਵਾਲਕੁਮ ਕਲੀਅਰ ਵਾਲੇ ਏਕ ਨੇਕ ਉਮਤ ਕੀ ਦੁਆ ਕੋ ਸਲਾਮ ਵਾਲਕੁਮ ਅਜਮੇਰ ਸ਼ੀ ਪਹਿਲੇ ਨਿਜ਼ਾਮੀ ਨਾਲ ਖਵਾਇਆ ਕੁਤਬੋ ਦੀ ਮੁਖਤਿਆਰ ਕਾਕੀ ਅੱਲਾ ਦਰੂਦ ਓ ਸਲਾਮ ਅਜਮੇਰ ਸ਼ੀ ਵਾਲੇ ਕੋ ਸਲਾਮ ਖਵਾਇਆ ਵਾਲੇ ਨਿੰਦਲ ਵਾਲੀ ਵਾਕੀ ਸ਼ਕੀ ਰਹਿ ਮਤਲਬ ਪੀਰ ਦਾ ਸਦਕਾ ਕੰਦੋ ਵਾਲੀ ਜਮਾਤ ਦਾ ਨਾਮ ਵਾਲੀ ਕੁਲ ਬੋਲਾ ਡਲੀ ਵਿਆਸਿਨ ਕੁਰਾਨ ਮਸ਼ਰੂਮ ਅੱਲਾ ਉਕਦਾ ਕੁਕਰੀ ਮਹਿਮਨ ਮੈਂ ਮੌਲਾ ਮਨ ਮੈਂ ਰਹੀਮ ਬਿਸਮਿਲ੍ਲਾ ਰਹਿਮਾਨ ਰਹੀਮ ਅਲਮ ਸਲੀਲਾ ਵਾਲਾ ਅਲੀ ਮੁਹੰਮਦੀਆਂ ਵਾਲੇ ਮੁਹੰਮਦੀ ਕੋ ਮਸਲਦਾ ਵਾਲਾ ਅਲੀ ਬ੍ਰਹਮ ਹਾਲ ਹਾਲ ਇਬ੍ਰਹਿਮ ਕੋ ਮਿਦੋ ਮਜੀਦ ਅਲਮ ਸਲੀਲਾ ਵਾਲਾ ਅਲੀ ਮੁਹੰਮਦੀਆਂ ਵਾਲੇ ਮੁਹੰਮਦੀ ਕੋ ਮਸਲਦਾ ਵਾਲਾ ਇਬ੍ਰਹਿਮ ਹਾਲ ਹਾਲ ਇਬ੍ਰਹਿਮ ਕੋ ਮਿਦੋ ਮਜੀਦ ਅਲਮ ਸਲੀਲਾ ਵਾਲਾ ਅਲੀ ਮੁਹੰਮਦੀਆਂ ਵਾਲੇ ਮੁਹੰਮਦੀ ਕੋ ਮਸਲਦਾ ਵਾਲਾ ਇਬ੍ਰਹਿਮ ਹਾਲ ਹਾਲ ਇਬ੍ਰਹਿਮ ਕੋ ਮਿਦੋ ਮਜੀਦ ਬਿਸਮਿਲ੍ਲਾ 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 ਰਹਿਮਾਨ ਰਹੀਮ ਅਲਹਮਦੁਲਿਲਾ ਰੱਬਿਲ ਆਲਮੀਨ ਹੱਕ ਲਾ ਇਲਾਹਾ ਇੱਲਾ ਮੁਹੰਮਦ ਯਾ ਮੇਰੇ ਖੁਦਾ ਬੰਦ ਕਰੀਮ ਅਸਲ ਮਸਤੋ ਫਕਰ ਕੀ ਰੋ ਦੁਨੀਆ ਜੀ ਖੁਸ਼ ਜੀ ਮੁਹੰਮਦ ਪਾਕ ਸੁਲਤਾਨ ਮੌਲਾ ਇਸ ਕਰਮ ਫਾਤਮਾ ਸਰ ਸੈਨ ਨਬੀ ਦੇ ਪਿਆਰੇ ਮੇਰਾ ਗੌਸ ਪਾਕ ਸਰਕਾਰ ਲੱਗਦਾ ਦਾ ਸਗੀ ਸਰਬ ਸਰਕਾਰ ਯਾ ਮੇਰੇ ਅਲਮਸ ਦਾਦਾ ਲਾਲ ਬਾਦਸ਼ਾਹ ਸਰਕਾਰ ਲਵਲੀ ਸ਼ਾਹ ਸਰਕਾਰ ਸਗਿਆ ਨਾਲ ਕੀ ਸਰਕਾਰ ਨੌ ਨਾਥ 41 ਨਾਨ 52 ਵਿੱਚ ਰਾਸੀ ਸਿੰਘ 22 ਸੁਬਾ 23 ਸੁਬਾ 1 ਲੱਖ 24,000 ਰੁਪਏ ਨੰਬਰ ਤੇ ਟਿਕੋੜ ਦੇ ਉੱਤੇ ਮੇਰੇ ਲੱਖ ਲੱਖ ਸਲਾਮ ਕਬੂਲ ਜਾਂ ਮੇਰੇ ਦਾਦਾ ਜੀ ਅੱਜ ਦਾ ਮੰਦਰ ਖੇੜੇ ਦਾ ਤੁਹਾਡੇ ਉਸ ਦਾ ਕਾਰਡ ਚੜ੍ਹਾਇਆ ਵਾ ਸ਼ੁਰੂਆਤ ਕਰਨ ਲੱਗੇ ਹਾਂ ਜੇ ਕੋਈ ਜਾਣੇ ਜਾਣੇ ਸਾਡੇ ਸਾਰੇ ਕੋਲ ਗਲਤੀ ਹੋ ਗਈ ਮਾਫ਼ੀ ਦਈਓ
ਸਾਡੇ ਆਪ ਤੁਹਾਡੀ ਰਹਿਨੁਮਾਈ ਵਿੱਚ ਤੁਹਾਡੇ ਸਦਕੇ ਪੈਰਾਂ ਸਦਕੇ ਦਾਤਾ ਜੀ ਇਹ ਮੇਲਾ ਖੁਸ਼ੀ ਖੁਸ਼ੀ ਦੁੱਗਣਾ ਚੌਗਣਾ ਪਚੌਗਣਾ ਹੋਵੇ ਦਾਤਾ ਜੀ। ਸਭ ਦੇ ਘਰਾਂ 'ਚ ਖੁਸ਼ੀਆਂ ਬਖਸ਼ਿਓ, ਨਗਰ ਖੇੜੇ ਦਾ ਭਲਾ ਕਰਿਓ। ਅਲਹਮਦੁਲਿਲਾਹ ਰੱਬਿਲ ਆਲਮੀਨ, ਹੱਕ ਲਾ ਇਲਾਹ ਇੱਲੱਲਾਹ ਮੁਹੰਮਦ ਰਸੂਲ। ਜੈ ਮਸਤਾਂ ਦੀ, ਜੈ ਅਲਮਸਤਾਂ ਦੀ। ਸਭ ਤੋਂ ਪਹਿਲਾਂ ਤਾਂ ਅਲਮਸਤ ਦਾਤਾ ਲਾਲ ਬਾਦਸ਼ਾਹ ਸਰਕਾਰ ਦੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੋ ਰਹੀ ਹੈ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਅੱਜ ਅਲਮਸਤ ਦਾਤਾ ਲਾਲ ਬਾਦਸ਼ਾਹ ਸਰਕਾਰ ਦਾ ਕਾਰਡ ਦਾਤਾ ਜੀ ਦੇ ਚਰਨਾਂ ਵਿੱਚ ਰੱਖ ਕੇ ਦੁਆ ਬੇਨਤੀ ਕਰਕੇ ਅੱਜ ਤੋਂ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਆ। ਅਲਮਸਤ ਦਾਤਾ ਲਾਲ ਬਾਦਸ਼ਾਹ ਲਵਲੀ ਸਾਈਂ ਕਮੇਟੀ, ਡਿੰਮੀ ਗਿੱਲ, ਹਰੀ ਮਿੱਤਰ ਸੋਂਦੇ ਜੀ, ਪੁਰਸ਼ੋਤੋਂ ਨਾਲ ਬਿੱਟੂ ਜੀ, ਸਾਰਾ ਰਿਸ਼ੀ ਨਗਰ ਮੁਹੱਲਾ, ਸਮੂਹ ਨਿਵਾਸੀ, ਸਾਰਾ ਸ਼ਹਿਰ ਨਿਵਾਸੀ, ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮੇਲੇ ਦੀ ਅਸੀਂ ਤਿਆਰੀਆਂ ਸ਼ੁਰੂ ਕਰਤੀਆਂ। ਸਾਰੀ ਸੰਗਤ ਨੂੰ ਅਪੀਲ ਆ ਵੀ 18-19-20 ਜੁਲਾਈ ਨੂੰ ਮੇਲੇ 'ਤੇ ਪਹੁੰਚ ਕੇ ਦਾਤਾ ਜੀ ਦਾ ਆਸ਼ੀਰਵਾਦ ਤੁਸੀਂ ਲਓ। 17 ਤਰੀਕ ਨੂੰ ਮਹਿੰਦੀ ਆ ਜੀ, 18 ਤਰੀਕ ਨੂੰ 4 ਵਜੇ ਨਿਸ਼ਾਨ ਸਾਹਿਬ, ਰਾਤ ਨੂੰ ਮਹਿਫਲੇ ਕਵਾਲ ਹੋਣੇ ਆ, 19 ਨੂੰ ਸੱਭਿਆਚਾਰਕ ਕਵਾਲ ਸੂਫੀ ਹੋਣੇ ਆ, ਰਾਤ ਨੂੰ ਵੀ ਕਵਾਲ, 20 ਤਰੀਕ ਨੂੰ ਸ਼ਾਮ ਨੂੰ
4 ਵਜੇ ਝੰਡੇ ਦੀ ਰਸਮ ਹੋ ਕੇ, ਚਾਦਰ ਦੀ ਰਸਮ ਹੋ ਕੇ ਤਾਂ ਮੇਲਾ ਜਿਹੜਾ ਸੰਪੂਰਨ ਕੀਤਾ ਜਾਊਗਾ। ਅਤੇ ਦਾਤਿਆਂ ਦਾ ਆਸ਼ੀਰਵਾਦ, ਸਾਰੀ ਸੰਗਤ ਨੂੰ ਬੇਨਤੀ ਆ ਵੀ ਆ ਕੇ ਦਰਬਾਰ 'ਤੇ ਦਾਤਿਆਂ ਦਾ ਆਸ਼ੀਰਵਾਦ ਲੈਣ। ਜੈ ਮਸਤਾ ਦੀ ਜੈ ਮਸਤਾ।